ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਨੇਸਰ ਹਰਿੰਦਰ ਸਵਾਗਤ ਕਰਦਾ। ਪੰਜਾਬੀ ਸੰਗੀਤ, ਪੰਜਾਬੀ ਸਾਹਿਤ ਨਾਲ ਜੁੜਿਆ ਹਰ ਬੰਦਾ ਸ਼ਿਵ ਕੁਮਾਰ ਬਟਾਲਵੀ ਦੇ ਨਾਂ ਤੋਂ ਭਲੀ ਭਾਂਤ ਜਾਣੂ ਆ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ। ਲਾਮਿਸਾਲ ਗੀਤ, ਲਾਮਿਸਾਲ ਸ਼ਬਦ, ਅਜਿਹਾ ਕੁਛ ਪੇਸ਼ ਕਰਦਾ ਸੀ ਜਿਹੜਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਮੇਰੇ ਕਹਿਣ ਦਾ ਮਤਲਬ ਹੈ ਕਿ ਸ਼ਿਵ ਕੁਮਾਰ ਬਟਾਲਵੀ ਨੇ ਜੋ ਲਿਖਿਆ, ਜਿਸ ਤਰੀਕੇ ਦਾ ਲਿਖਿਆ, ਉਹਨੂੰ ਸ਼ਾਇਦ ਕੋਈ ਰਿਪੀਟ ਨਹੀਂ ਕਰ ਸਕਿਆ। ਅਤੇ ਅਜਿਹਾ ਇੱਕ ਸਿੰਗਰ ਹੈ ਜੀ ਜਸਬੀਰ ਜੱਸੀ, ਸਾਰੇ ਜਾਣਦੇ ਹਾਂ, ਜਿਹੜਾ ਗਾਣਾ ਆਇਆ ਸੀ ਦਿਲ ਹੈਗੀ ਕੁੜੀ ਗੁਜਰਾਤ ਦੀ ਤੋਂ ਮਸ਼ਹੂਰ ਹੋਏ ਸੀ। ਅਤੇ ਹੁਣ ਵੀਡੀਓ ਪ੍ਰਾਪਤ ਹੋਈ ਹੈ ਜੀ ਕਿ ਜਸਬੀਰ ਜੱਸੀ ਨੇ ਗਾਣਾ ਗਾਇਆ ਸ਼ਿਵ ਕੁਮਾਰ ਬਟਾਲਵੀ ਦਾ, ਸ਼ਿਵ ਦੇ ਸ਼ਬਦ ਅਤੇ ਜਸਬੀਰ ਜੱਸੀ ਦੀ ਆਵਾਜ਼, ਦੋਨਾਂ ਦਾ ਸੁਮੇਲ ਹੈ ਜਿਹੜਾ ਬਹੁਤ ਵਧੀਆ ਬਣਿਆ। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਤੁਹਾਨੂੰ ਗਾਣਾ ਸੁਣਾਉਂਦੇ ਹਾਂ ਜਸਬੀਰ ਜੱਸੀ ਦਾ ਗਾਇਆ ਹੋਇਆ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ। ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ, ਸਾਡੇ ਗੀਤਾਂ ਰੱਖੇ ਰੋਜੜੇ, ਨਾ ਪੀਵਣ ਨਾ ਕੁਝ ਖਾਣ ਵੇ। ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ, ਮੇਰੇ ਲੇਖਾਂ ਦੀ ਬਾਂ ਵੇਖਿਓ ਕੋਈ ਸਦੀਓ ਅੱਜ ਲੁਕਮਾਨ ਵੇ, ਇੱਕ ਜੁਗੜਾ ਹੋਇਆ ਅਥਰੇ ਨਿਤ ਮਾੜੇ ਹੁੰਦੇ ਜਾਣ ਵੇ, ਮੈਂ ਪਰ ਪਰ ਦਿਆਂ ਕਟੋਰੜੇ ਬੁੱਲ ਚੱਖਣ ਨਾ ਮੁਸਕਾਣ ਵੇ, ਮੇਰੇ ਦੀਦੇ ਅੱਜ ਬਦੀਦੜੇ ਪਏ ਨੀਂਦਾਂ ਤੋਂ ਸ਼ਰਮਾਣ ਵੇ, ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ, ਅਸਾਂ ਗਮ ਦੀਆਂ ਦੇਗਾਂ ਚਾੜੀਆਂ ਸਗਮ ਦੀਆਂ ਦੇਗਾ ਚਾੜੀਆਂ ਅੱਜ ਕੱਢ ਬਿਰ ਹੋਂਦੇ ਡਾਨ ਵੇ, ਅੱਜ ਸਦੋ ਸਾਕ ਸਕੀਰੀਆਂ ਕਰੋ ਤਾਮਾ ਕੁੱਲ ਜਹਾਨ ਵੇ, ਸਾਡਾ ਇਸ਼ਕ ਕੁਆਰਾ ਮਰ ਗਿਆ ਕੋਈ ਲੈ ਗਿਆ ਕੱਢ ਮਸਾਣ ਵੇ, ਸਾਡੇ ਨੈਣ ਤੇਰੀ ਅੱਜ ਦੀਦ ਦੇ ਸਾਡੇ ਨੈਣ ਤੇਰੀ ਅੱਜ ਦੀਦ ਦੇ ਪਏ ਕਿਰਿਆ ਕਰਮ ਕਰਾਣ ਵੇ, ਤੇਰੀ ਯਾਦ ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ, ਸਾਡੇ ਗੀਤਾਂ ਰੱਖੇ ਰੋਜੜੇ ਨਾ ਕੁਝ ਪੀਵਣ ਨਾ ਕੁਝ ਖਾਣ ਵੇ, ਸਾਨੂੰ ਦਿੱਤੇ ਹਿਜਰ ਤਵੀਤੜੇ ਤੇਰੀ ਫੁਰਕਤ ਦੇ ਸੁਲਤਾਨ ਵੇ, ਅੱਜ ਪ੍ਰੀਤ ਨਗਰ ਦੇ ਸੌਰੀਏ ਸਾਨੂੰ ਚੌਂਕੀ
ਬੈਠ ਖਿਡਾਣ ਵੇ ਅੱਜ ਪੌਣਾ ਪਿੱਟਣ ਤਾਜੀਏ ਅੱਜ ਰੁੱਤਾਂ ਪੜਨ ਕੁਰਾਨ ਵੇ ਅੱਜ ਪੀ ਪੀ ਜੇਠ ਤਪੰਦੜਾ ਅੱਜ ਪੀ ਪੀ ਜੇਠ ਤਪੰਦੜਾ ਹੋਇਆ ਫੁੱਲਾਂ ਨੂੰ ਯਰਕਾਨ ਵੇ ਤੇਰੀ ਯਾਦ ਅਸਾਨੂੰ ਮਨਸ ਕੇ ਕੁਝ ਹੋਕੇ ਕਰ ਗਈ ਦਾਨ ਵੇ ਅੱਜ ਸ਼ੌਂਕਣ ਦੁਨੀਆ ਮੈਂ ਡੜੀ ਮੈਨੂੰ ਆਈ ਕਲੀਰੇ ਪਾਣ ਵੇ ਤੇਰੀ ਯਾਦ ਅਸਾਨੂੰ ਮਨਸ ਕੇ ਕੁਝ ਪੀੜਾ ਕਰ ਗਈ ਦਾਨ।